ਸਾਲ 2014 ਦੇ ਵਿੱਚ ਜਦੋਂ ਭਾਰਤ ਦੇ ਵਿੱਚ ਆਮ ਚੋਣਾਂ ਹੁੰਦੀਆਂ ਨੇ ਲੋਕ ਸਭਾ ਚੋਣਾਂ ਹੁੰਦੀਆਂ ਨੇ ਤਾਂ ਭਾਜਪਾ ਜਿਹੜੀ ਹੈ ਉਹ ਬਾਜ਼ੀ ਮਾਰ ਜਾਂਦੀ ਹੈ ਭਾਜਪਾ ਸਰਕਾਰ ਬਣਾ ਲੈਂਦੀ ਹੈ ਸੱਤਾ 'ਚ ਆ ਜਾਂਦੀ ਹੈ ਤੇ ਲੋਕਾਂ ਨੂੰ ਪੂਰਾ ਭਰੋਸਾ ਦਿਵਾਇਆ ਜਾਂਦਾ ਵੀ ਜਿਹੜਾ ਸਾਡਾ ਗਵਰਨੈਂਸ ਦਾ ਮਾਡਲ ਹੋਊਗਾ ਯਾਨੀ ਕਿ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੋਊਗਾ ਲੋਕਾਂ ਨੂੰ ਸੇਵਾਵਾਂ ਦੇਣ ਦਾ ਜਿਹੜਾ ਢੰਗ ਤਰੀਕਾ ਹੋਏਗਾ ਇਹ ਬਹੁਤ ਬਿਹਤਰੀਨ ਹੋਏਗਾ ਔਰ ਖਾਸ ਤੌਰ ਤੇ ਸਾਡੇ ਗਵਰਨੈਂਸ ਦੇ ਵਿੱਚ ਸਾਡੀ ਕਾਰਜਸ਼ੈਲੀ ਦੇ ਵਿੱਚ ਪਾਰਦਰਸ਼ਤਾ ਬਹੁਤ ਜ਼ਿਆਦਾ ਹੋਏਗੀ ਬਿਲਕੁਲ ਟਰਾਂਸਪੇਰੈਂਟ ਕੰਮ ਹੋਏਗਾ ਉਤੋਂ ਬਾਅਦ ਸਮਾਂ ਲੰਘਦਾ ਜਾਂਦਾ 218 ਦੇ ਵਿੱਚ ਇਹੀ મોદી ਸਰਕਾਰ ਕਹਿ ਲਈਏ ਜਾਂ ਭਾਜਪਾ ਸਰਕਾਰ ਕਹਿ ਲਈਏ ਇੱਕ ਨਵੀਂ ਸਕੀਮ ਲੈ ਕੇ ਆਉਂਦੇ ਆ। ਇਹ ਸਕੀਮ ਦਾ ਨਾਮ ਹੁੰਦਾ ਇਲੈਕਟੋਰਲ ਬੌਂਡ ਯਾਨੀ ਕਿ ਚੋਣਵੀ ਬੌਂਡ। ਇਸ ਬੌਂਡ ਦਾ ਕੰਮ ਇਹ ਹੁੰਦਾ ਵੀ ਜੇ ਕੋਈ ਬੰਦਾ ਕਿਸੇ ਵੀ ਪਾਰਟੀ ਨੂੰ ਚੰਦਾ ਦੇਣਾ ਚਾਵੇ ਤਾਂ ਬੈਂਕਸ ਤੋਂ ਜਾ ਕੇ ਇਹ ਬੌਂਡ ਲੈ ਲਵੇ। ਉਹਦਾ ਨਾਮ ਗੁਪਤ ਰੱਖਿਆ ਜਾਂਦਾ ਔਰ ਉਹ ਜਿਹੜਾ ਚੰਦਾ ਵਾ ਜਿਹੜੀ ਵੀ ਪਾਰਟੀ ਨੂੰ ਉਹਨੇ ਦੇਣਾ ਹੁੰਦਾ ਇਹਦੇ ਦਿੰਦਾ। ਉਹਨੇ ਸਕੀਮ ਤਾਂ ਬਣਾਈ ਹੁੰਦੀ ਭਾਜਪਾ ਨੇ ਤੇ ਸੁਭਾਵਿਕ ਜੀ ਗੱਲ ਆ ਵੀ ਸਾਰੇ ਪੈਸੇ ਭਾਜਪਾ ਨੂੰ ਹੀ ਜਾਣੇ ਸੀ ਹੁੰਦਾ ਕੀ ਹੈ ਕਿ ਲੋਕ ਧੜਾ ਧੜ ਇਹ ਬੌਂਡ ਖਰੀਦਦੇ ਨੇ ਆਪਣੇ ਜੋ ਉਹਨਾਂ ਦੇ ਮਨ ਮੁਤਾਬਕ ਚੰਦਾ ਹੁੰਦਾ ਉਹ ਭਾਜਪਾ ਨੂੰ ਡੋਨੇਟ ਕਰਦੇ ਆ ਪਰ ਇਹਦੇ ਨਾਲ ਜਦੋਂ ਇਹੀ ਮੋਦੀ ਸਰਕਾਰ ਜਿਹੜੀ ਪਾਰਦਰਸ਼ਤਾ ਦੀਆਂ ਗੱਲਾਂ ਕਰਦੇ ਆ ਜਿਹੜੇ ਟਰਾਂਸਪੈਸੀ ਦੀਆਂ ਗੱਲਾਂ ਕਰਦੇ ਆ ਇਹ ਇਸ ਸਾਰੇ ਇਲੈਕਟ੍ਰੋਨਿਕ ਬਾਂਡ ਸਕੀਮ ਜਿਹੜੀ ਸੀ ਇਹਨੂੰ ਆਰਟੀਆਈ ਯਾਨੀ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਚੋਂ ਬਾਹਰ ਕੱਢ ਦਿੰਦੇ ਆ ਯਾਨੀ ਕਿ ਕੋਈ ਬੰਦਾ ਇਹ ਨਹੀਂ ਜਾਣ ਸਕਦਾ ਇਹ ਨਹੀਂ ਪੁੱਛ ਸਕਦਾ ਵੀ ਭਾਜਪਾ ਦੇ ਕੋਲ ਕਿੰਨਾ ਚੰਦਾ ਕਾਂਗਰਸ ਦੇ ਕੋਲ ਕਿੰਨਾ ਚੰਦਾ ਆਮ ਆਦਮੀ ਪਾਰਟੀ ਦੇ ਕੋਲ ਕਿੰਨਾ ਚੰਦਾ ਜਾਂ ਦੇਸ਼ ਦੀਆਂ ਵੱਖ-ਵੱਖ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਆ ਉਹਨਾਂ ਕੋਲ ਕਿੰਨਾ ਚੰਦਾ ਇਹ سلسلہ ਚੱਲਦਾ ਰਹਿੰਦਾ ਇਹਦੇ ਖਿਲਾਫ ਜਿਹੜੀ ਹੈ ਪਟੀਸ਼ਨ ਪਾਈ ਜਾਂਦੀ ਹੈ ਵੀ ਭਾਈ ਡਿਕਲੇਅਰ ਤਾਂ ਕਰੋ ਉਹ ਕਿਹੜੀ ਪਾਰਟੀ ਦੇ ਕੋਲ ਕਿੰਨਾ ਚੰਦਾ ਹਾਲਾਂਕਿ ਸਮੇਂ-ਸਮੇਂ ਸਰ ਇਹ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਕਿ ਭਾਜਪਾ ਇਸ ਵੇਲੇ ਦੇਸ਼ ਦੀ ਸਭ ਤੋਂ ਅਮੀਰ ਪੋਲੀਟੀਕਲ ਪਾਰਟੀ ਹੈ ਐਜ਼ ਅ ਇੰਡੀਵਿਜੂਅਲ ਐਜ਼ ਬੀਜੇਪੀ ਜਿਹੜੀ ਹੈ ਉਹ ਦੇਸ਼ ਦੀ ਸਭ ਤੋਂ ਅਮੀਰ ਪਾਰਟੀ ਹੈ ਅੱਜ ਜਦੋਂ ਇਸ ਮਾਮਲੇ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਦੀ ਬੈਂਚ ਜਿਹੜੀ ਹੈ ਡੀਵਾਈ ਚੰਦਰ ਚੂੜ ਹੋਣਾ ਦੀ ਜਿਹੜੀ ਬੈਂਚ ਆ ਉਹ ਫੈਸਲਾ ਕਰਦੇ ਆ ਕਿ 12 ਅਪ੍ਰੈਲ 2019 ਤੋਂ ਲੈ ਕੇ ਅੱਜ ਤੱਕ ਦੇ ਜਿੰਨੇ ਵੀ ਬੌਂਡਸ ਜਾਰੀ ਕੀਤੇ ਗਏ ਆ ਜਿੰਨਾ ਵੀ ਚੰਦਾ ਹੁਣ ਤੱਕ ਦਿੱਤਾ ਗਿਆ ਇਹ ਸਾਰੇ ਜਨਤਕ ਕਰੋ ਇਹ ਸਾਰੇ ਲੋਕਾਂ ਨੂੰ ਦੱਸੋ ਤੇ ਦੱਸੋ ਵੀ ਹੁਣ ਤੱਕ ਤੁਸੀਂ ਕਿੰਨੇ ਕਰੋੜਾ ਰੁਪਏ ਜਿਹੜਾ ਲੋਕਾਂ ਕੋਲੋਂ ਚੰਦੇ ਦੇ ਰੂਪ 'ਚ ਲੈ ਚੁੱਕੇ ਹੋ ਹਾਲਾਂਕਿ ਇਹ ਤੋਂ ਪਹਿਲਾਂ ਸਰਕਾਰ ਨੇ ਹੀ ਪਾਲਿਸੀ ਬਣਾਈ ਸੀਗੀ ਕਿ ਇਹ ਰਾਈਟ ਟੂ ਇਨਫੋਰਮੇਸ਼ਨ ਐਕਟ ਯਾਨੀ ਕਿ ਆਪਾਂ ਜਿਹੜੀ ਸੂਚਨਾ ਲੈ ਸਕਦੇ ਆ ਆਪਾਂ ਜਾਣ ਸਕਦੇ ਆ ਇੱਕ ਲੈਟਰ ਦਫ਼ਤਰ ਦੇ ਵਿੱਚ ਦੇ ਕੇ ਕਿ ਇਸ ਮਹਿਕਮੇ ਦੇ ਕੋਲ ਕਿੰਨਾ ਪੈਸਾ ਆ ਜਾਂ ਇਸ ਜਿਹੜਾ ਪਾਰਟੀ ਦੇ ਕੋਲ ਕਿੰਨਾ ਚੰਦਾ ਇਹਨਾਂ ਨੂੰ ਬਾਹਰ ਰੱਖਿਆ ਗਿਆ ਸੀ ਪਰ ਇੱਕ ਬਹੁਤ ਵੱਡਾ ਤੇ ਇਤਿਹਾਸਿਕ ਫੈਸਲਾ ਜਿਹੜਾ ਅੱਜ ਸੁਣਾਇਆ ਗਿਆ ਹੁਣ ਹੈ ਕੀ ਸੀ ਇਹਦੇ ਵਿੱਚ ਕਿ SBI ਬੈਂਕ ਨੂੰ ਇਹਨਾਂ ਨੇ ਜਿਹੜਾ ਉਹ ਇੱਕ ਬਣਾਇਆ ਹੋਇਆ ਸੀਗਾ ਆਪਣਾ ਸਕੀਮ ਦਾ ਕੇਂਦਰ ਬੰਦਾ ਜਾਂਦਾ ਸੀਗਾ SBI ਉਹ ਉੱਥੋਂ ਬੌਂਡ ਲੈਂਦਾ ਸੀ ਉਹਨੂੰ ਭਰਦਾ ਸੀਗਾ ਉਹਦਾ ਜਿੰਨਾ ਦਿਲ ਕਰਦਾ ਸੀ ਚੰਦਾ ਦੇਣ ਦਾ ਭਾਅ ਕਿ 2000 ਰੁਪਏ ਤੋਂ ਉੱਤੇ ਤੋਂ ਲੈ ਕੇ 10 ਲੱਖ ਰੁਪਏ ਤੱਕ ਅਗਰ ਉਹ ਚੰਦਾ ਦੇਣਾ ਚਾਵੇ ਤਾਂ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਦੇ ਸਕਦਾ ਹੁਣ ਸੁਭਾਵਕ ਜੀ ਗੱਲ ਹੈ ਜਦੋਂ ਹੈ ਹੀ ਭਾਜੀ ਗਵਰਨਮੈਂਟ ਸੀਗੀ ਰੂਲ ਉਹ ਕਰ ਰਹੀ ਸੀ ਤਾਂ ਚੰਦਾਵੱਦ ਇਹਨਾਂ ਨੂੰ ਹੀ ਜਾਣਾ ਸੀਗਾ ਔਰ SBI ਬੈਂਕ ਨਾ ਤਾਂ ਉਸ ਬੰਦੇ ਨੂੰ ਪੁੱਛ ਸਕਦਾ ਨਾ ਹੀ SBI ਬੈਂਕ ਤੋਂ ਕੋਈ ਸ਼ਖਸ ਜਾ ਕੇ ਪੁੱਛ ਸਕਦਾ ਵੀ ਫਲਾਣੇ ਬੰਦੇ ਨੇ ਕਿੰਨੀ ਰਕਮ ਕਿਹੜੀ ਪਾਰਟੀ ਨੂੰ ਦਿੱਤੀ ਹੈ ਪਰ ਇਹਦੇ ਵਿੱਚ ਅੱਜ ਜਿਹੜਾ ਦੱਸਿਆ ਕਿ ਇਹ ਫੈਸਲਾ ਆਇਆ ਡੀ वाई ਚੰਦਰਚੂੜ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹਨਾਂ ਨੇ ਕਿਹਾ ਕਿ 12 April 2119 ਤੋਂ ਲੈ ਕੇ ਅੱਜ ਤੱਕ ਸਾਰਾ ਕੁਝ ਇਹ ਜਨਤਕ ਕਰੋ ਹੁਣ ਤੁਸੀਂ ਸੋਚੋ ਕਿ 2019 ਦੇ ਵਿੱਚ ਜਦੋਂ April ਦਾ ਮਹੀਨਾ ਸੀ ਇਤੋਂ ਪਹਿਲਾਂ ਚੋਣਾਂ ਵੀ ਸੀ ਇਤੋਂ ਬਾਅਦ ਚੋਣਾਂ ਵੀ ਹੋਈਆਂ ਸੀਗੀਆਂ ਸੋ ਇਹ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਭਾਜਪਾ ਵੱਲੋਂ ਕੀ ਇਹ ਚੋਣਾਂ 'ਚ ਖਰਚਿਆ ਗਿਆ ਸੀਗਾ ਇਸੇ ਤਰ੍ਹਾਂ ਹੁਣ 2024 ਦੀਆਂ ਚੋਣਾਂ ਨੇ ਤੇ ਉਤੋਂ ਪਹਿਲਾਂ ਇਹ ਇੱਕ ਵੱਡਾ ਫੈਸਲਾ ਆਇਆ ਹੁਣ ਭਾਜਪਾ ਦੇ ਕੋਲ ਅੱਜ ਦੀ ਤਰੀਕ ਦੇ ਵਿੱਚ ਜਿਹੜਾ 850 ਕਰੋੜ ਤੋਂ ਵੱਧ ਜਿਹੜਾ ਚੰਦੇ ਦੇ ਰੂਪ ਵਿੱਚ ਪੈਸੇ ਪਏ ਹੋਏ ਆ ਹੁਣ 222 223 ਦਾ ਜੇ ਆਪਾਂ ਅੰਕੜਾ ਲਈਏ ਤਾਂ ਭਾਰਤ ਦੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਐ ਉਹਨਾਂ ਕੋਲ 850 ਕਰੋੜ ਤੋਂ ਵੱਧ ਦੀ ਜਿਹੜੀ ਰਕਮ ਉਹਨਾਂ ਦੇ ਖਾਤਿਆਂ 'ਚ ਹੈਗੀ ਆ ਚੰਦੇ ਦੇ ਰੂਪ 'ਚ ਜਿਹੜੀ ਉਹਨਾਂ ਨੇ ਲਈ ਆ ਔਰ ਤੁਸੀਂ ਹੈਰਾਨ ਹੋ ਜਾਵੋਗੇ ਕਿ ਕੱਲੀ ਭਾਜਪਾ ਬੀਜੇਪੀ ਕੋਲ 719 ਕਰੋੜ ਤੋਂ ਵੱਧ ਦੀ ਜਿਹੜੀ ਚੰਦੇ ਦੇ ਰੂਪ ਦੇ ਵਿੱਚ ਰਕਮ ਪਈ ਹੋਈ ਆ ਭਾਜਪਾ ਕੱਲੀ ਕੋਲ ਔਰ 170 ਕਰੋੜ ਰੁਪਇਆ ਬਾਕੀ ਪਾਰਟੀਆਂ ਚ ਵੰਡਿਆ ਗਿਆ ਕਾਂਗਰਸ ਦੇ ਕੋਲ ਕਰੀਬ 80 ਲੱਖ ਰੁਪਇਆ ਆਮ ਆਦਮੀ ਕੋਲ 37 ਲੱਖ ਰੁਪਇਆ ਇਸੇ ਵਕਫ ਵਕਫ ਪਾਰਟੀਆਂ ਕੋਲ ਇੰਨਾ ਇੰਨਾ ਜਿਹੜਾ ਕਰੋੜਾ ਰੁਪਇਆ ਚੰਦੇ ਦੇ ਰੂਪ ਚ ਹੈ ਤੇ ਭਾਜਪਾ ਕੱਲੀ ਦੇਸ਼ ਦੀ ਅਜਿਹੀ ਪਾਰਟੀ ਹੈ ਜਿਹਦੇ ਕੋਲ 850 ਚੋਂ 719 ਕਰੋੜ ਰੁਪਈਆ ਉਹਨਾਂ ਦੇ ਖਾਤਿਆਂ 'ਚ ਹੈ ਔਰ ਹੁਣ ਜਿਹੜਾ ਇਹਨਾਂ ਨੂੰ ਇਹ ਜਨਤਕ ਕਰਨਾ ਪਏਗਾ ਦੱਸਣਾ ਪਏਗਾ ਇਹਨਾਂ ਨੇ ਕਿਸੇ ਇੰਡੀਵਿਜੂਅਲ ਤੋਂ ਲਏ ਇਹਨਾਂ ਨੇ ਕਿਸੇ ਜਿਹੜੀਆਂ ਵੱਡੀਆਂ ਫਰਮਜ਼ ਹੈ ਵੱਡੀਆਂ ਕੰਪਨੀਆਂ ਉਹਨਾਂ ਤੋਂ ਲਏ ਔਰ ਇਸ ਪੈਸੇ ਦਾ ਇਹ ਕਰਦੇ ਕੀ ਨੇ ਇੰਨਾ ਸਾਰਾ ਜਿਹੜਾ ਰਕਮ ਇਕੱਠੀ ਕੀਤੀ ਹੋਈ ਹੈ ਇਹਨੂੰ ਇਹ ਕਿੱਥੇ ਵਰਤਦੇ ਨੇ ਸੋ ਠੀਕ ਇਲੈਕਸ਼ਨਸ ਤੋਂ ਪਹਿਲਾਂ ਇਹ ਜਿਹੜਾ ਫੈਸਲਾ ਇਹ ਬਹੁਤ ਵਧੀਆ ਫੈਸਲਾ ਕਿਉਂਕਿ ਭਾਰਤ ਦੇ ਵਿੱਚ ਜਿਹੜੀ ਨਿਆ ਪ੍ਰਣਾਲੀ ਹੈ ਇਹ ਬਹੁਤ ਵਧੀਆ ਜਿਹੜਾ ਜੁਡੀਸ਼ਰੀ ਸਿਸਟਮ ਹੈ ਬਹੁਤ ਵਧੀਆ ਸੋ ਇੱਕ ਬਹੁਤ ਇਤਿਹਾਸਿਕ ਫੈਸਲਾ ਜਿਹੜਾ ਸੁਣਾਇਆ ਗਿਆ ਜਿਹਦੇ ਵਿੱਚ ਜਿਹੜੀ ਹੈ ਇਲੈਕਟੋਰਲ ਬਾਂਡ ਸਕੀਮ ਸੀਗੀ ਜਿਹਨੂੰ ਆਰਟੀਆਈ ਤੋਂ ਬਾਹਰ ਰੱਖਿਆ ਹੋਇਆ ਸੀਗਾ ਤੇ ਹੁਣ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹਨਾਂ ਨੇ ਫੈਸਲਾ ਕੀਤਾ ਕਿ 12 ਅਪ੍ਰੈਲ 2019 ਤੋਂ ਅੱਜ ਤੱਕ ਦਾ ਸਾਰਾ ਜਿਹੜਾ ਡਾਟਾ ਉਹਨੂੰ ਜਨਤਕ ਕਰੋ ਤਾ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਇਹ ਕਿੰਨਾ ਕਿੰਨਾ ਚੰਦਾ ਲੈਂਦੀਆਂ ਤੇ ਇਹਦਾ ਕਰਦੀਆਂ ਕੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ